39 ਲੱਖ ਰੁਪਏ ਡਿਫਾਲਟ ਅਮਾਊਂਟ ਬਕਾਇਆ ਹੈ ਜਿਸ ਕਾਰਨ ਇਹਨਾਂ ਦਾ ਅੱਜ ਕਨੈਕਸ਼ਨ ਦੁਬਾਰਾ ਕੱਟਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇਹ ਕਨੈਕਸ਼ਨ ਪਿਛਲੇ ਹਫ਼ਤੇ ਕੱਟਿਆ ਗਿਆ ਸੀਗਾ ਅਤੇ ਡਿਫਾਲਟ ਅਮਾਊਂਟ ਜਮ੍ਹਾਂ ਕਰਾਉਣ ਦੀ ਇੰਸ਼ੋਰੈਂਸ 'ਤੇ ਇਹ ਚਲਵਾ ਦਿੱਤਾ ਗਿਆ ਸੀਗਾ। ਅੱਜ ਫਿਰ ਦੁਬਾਰਾ ਕੱਟਿਆ ਜਾਇਆ ਗਿਆ ਹੈ ਅਤੇ ਅਜੇ ਤੱਕ ਕੋਈ ਮਤਲਬ ਸਾਨੂੰ ਪੈਸਾ ਕੋਈ ਪ੍ਰਾਪਤ ਨਹੀਂ ਹੋਇਆ। ਪੈਸਾ ਪ੍ਰਾਪਤ ਹੋਣ 'ਤੇ ਹੀ ਇਹ ਕਨੈਕਸ਼ਨ ਜੋੜਿਆ ਗਿਆ। ਕਿਸੇ ਨੂੰ ਪੱਕੇ ਤੌਰ 'ਤੇ ਕੱਟਿਆ ਜਾ ਚੁੱਕਿਆ ਕਨੈਕਸ਼ਨ? ਪਹਿਲਾਂ ਕੋਈ ਵੀ ਕਨੈਕਸ਼ਨ ਟੈਂਪਰੇਰੀ ਕੱਟਦੇ ਹੈਗੇ, ਉਹ ਤੋਂ 15 ਦਿਨਾਂ ਬਾਅਦ ਫਿਰ ਕੱਟਦੇ।